ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਸਾਰੇ ਵਧੀਆ ਹੋਣਗੇ, ਸਾਰਿਆਂ ਦੀ ਫੈਮਿਲੀ ਬਹੁਤ ਵਧੀਆ ਹੋਏਗੀ। ਅਤੇ ਅੱਜ ਆਪਾਂ ਚੱਲੇ ਅੰਮ੍ਰਿਤਸਰ ਨੂੰ ਘੁੰਮਣ ਯਾਰਾਂ ਦੋਸਤਾਂ ਦੇ ਨਾਲ, ਐਂ ਚਿੱਲ ਕਰਨ ਪੂਰਾ ਵੀਕਐਂਡ ਦਾ। ਅਤੇ ਅੱਜ ਆਪਾਂ ਜਾਣਾ ਪਹਿਲਾਂ, ਸਭ ਤੋਂ ਪਹਿਲਾਂ ਗੋਲਡਨ ਟੈਂਪਲ, ਬਾਅਦ ਜਾਵਾਂਗੇ ਸ਼ਹੀਦਾਂ ਸਾਹਿਬ, ਅਤੇ ਉਸ ਤੋਂ ਬਾਅਦ ਬਾਅਦ 'ਚ ਦੇਖੋਗੇ ਸ਼ਹੀਦਾਂ ਸਾਹਿਬ ਦਾ ਹਜੇ ਬਣਦਾ ਕਿ ਨਹੀਂ। ਅਤੇ ਉਹ ਤਾਂ ਕਹਿੰਦੇ ਤਾਂ ਹੈਗੇ ਸ਼ਹੀਦਾਂ ਸਾਹਿਬ ਵੀ ਜਾਵਾਂਗੇ, ਹਜੇ ਬਾਕੀ ਲੋਕੇਸ਼ਨ ਨਹੀਂ ਹਜੇ ਡਿਸਾਈਡ ਹੋਈ, ਬਾਅਦ 'ਚ ਰਾਹ 'ਚ ਜਾਂਦੇ ਜਾਂਦੇ ਡਿਸਾਈਡ ਕਰਾਂਗੇ। ਅਤੇ ਅੱਜ ਦੀ ਵਲੋਗਿੰਗ ਵਿੱਚ ਪੂਰਾ ਫੰਕਸ਼ਨ ਪੂਰਾ ਚਿੱਲ ਹੋਏਗਾ, ਸਾਰੇ ਜਾਣੇ ਸਾਡੇ ਨਾਲ ਪੂਰਾ ਇੰਜੋਏ ਕਰਿਓ। ਚਲੋ ਆਪਾਂ ਹੁਣ ਚੱਲਦੇ ਹਾਂ। ਉਹ ਕਿੱਥੇ ਆ ਗੋਲੂ? ਹਾਂਜੀ ਅਸੀਂ ਪਹੁੰਚ ਗਏ ਹਾਂ ਯਾਰ ਦੇ ਘਰੇ, ਸਾਹਿਲ ਐਂਡ ਆਕਾਸ਼ ਲਓ ਜੀ। ਆਹ ਬੰਦੇ ਨੇ ਸਾਨੂੰ ਲੇਟ ਕਰਾਤਾ ਜ਼ਿਆਦਾ, ਬਾਕੀ ਕੋਈ ਗੱਲ ਨੀ ਆ, ਇਹਦੇ ਕੇ ਡੰਗਰ ਵਛੇ ਦੇ ਸਾਂਭੇ ਜਾਂਦੇ। ਇਹ ਹੈਗੀ ਆ ਵਲੋਗਿੰਗ, ਇਹ ਕੈਨੇਡਾ ਵਾਲੇ ਬੰਦੇ ਨੇ ਆਏ ਨੇ ਘੁੰਮਣ, ਬਸ ਗੱਲ ਵੱਖਰੀ ਹੈ ਕਿ ਮਹੀਨਾ ਹੋ ਗਿਆ ਘੁੰਮਿਆ ਨੀ ਜਾਂਦੇ, ਅੱਜ ਚੱਲੇ ਆ ਯਾਰ ਬਾਹਰੋਂ ਵਾਧੂ ਬਾਹਰੋਂ ਬਾਪੂ ਕਮਾਈ ਜਾਂਦਾ ਤੇ ਦੇਈ ਜਾਂਦਾ। ਹਾਂ ਸਹੀ ਗੱਲ ਆ, ਇਹ ਵੀ ਵਧੀਆ ਨਹੀਂ ਮੁੰਡਾ, ਐਕਸਿਸ ਐਕਸਿਸ ਸੋਰੀ ਕਹਿ ਰਿਹਾ, ICIC ਬੈਂਕ ਦਾ ਹੈਗਾ ਮੁਲਾਜ਼ਮ ਵਾ। ਹਾਂਜੀ ਅਸੀਂ ਚੱਲੇ ਹਾਂ, ਆਪਣੇ ਦੋ ਕੁ ਯਾਰ ਹੈਗੇ ਉਹਨਾਂ ਨੇ ਲੈ ਆਈਏ, ਅਤੇ ਫਿਰ ਉਸ ਤੋਂ ਬਾਅਦ ਆਪਾਂ ਪੂਰਾ ਚਿੱਲ ਕਰਾਂਗੇ। ਹੁਣ ਚੱਲੀਏ ਉਹਨਾਂ ਦੇ ਘਰ, ਗੱਡੀ ਦਾ ਪੂਰੀ ਪੁੱਠੀ ਜਗ੍ਹਾ ਤਾਂ ਲਾਈ ਇਹਨਾਂ ਨੇ, ਚਾਬੀ ਫੜਾ ਯਾਰ ਇੱਕ ਤੇ ਉੱਧਰੋਂ ਯਾਰ ਰਾਹ ਵੀ ਛੱਡ ਦਿਆ ਕਰੋ ਕਿਤੇ ਗੱਡੀ ਲਾਉਣ ਦਾ। ਲੇਟ ਕਰਾਤਾ ਜ਼ਿਆਦਾ, ਮੈਂ ਅਰਮਾਨ ਨਾ ਲਿਆਂਦੀ ਗੱਡੀ ਭਰਾ, ਚੱਲ ਫਿਰ ਬਹਿ। ਚਲੋ ਅਸੀਂ ਪਹੁੰਚੇ ਹਾਂ ਆਪਣੇ ਕਾਦੀਆਂ ਦਾ ਸਭ ਤੋਂ ਖੂਬਸੂਰਤ ਮਹੱਲਾ, ਅਹਿਮਦੀਆ ਮਹੱਲਾ, ਜਿਹੜੀ ਆਪਣੇ ਕਾਦੀਆਂ ਦੀ ਸਾਰੀ ਖੂਬਸੂਰਤੀ ਹੈ ਸਾਰੀ ਇਸ ਮਹੱਲੇ 'ਚ। ਚੈੱਕ ਕਰੋ ਬਹੁਤ ਸਾਫ਼ ਸੁਥਰਾ ਅਤੇ ਕਲੀਨ ਆ ਪੂਰਾ, ਇਹਨਾਂ ਨੇ ਪੂਰਾ ਪੈਸਾ ਲਾਇਆ ਉੱਪਰ ਆਪਣੇ ਕਾਦੀਆਂ 'ਚ ਨਹੀਂ, ਮੈਨੂੰ ਲੱਗਦਾ ਇੰਨਾ ਪੈਸਾ ਲੱਗਾ ਹੋਣਾ ਜਿੰਨਾ ਇਹਨਾਂ ਨੇ ਲਾ ਦਿੱਤਾ। ਹਾਂ ਇਹ ਹੈ ਆ ਗਈਆਂ ਇਹਨਾਂ ਦੀਆਂ ਬਿਸ਼ਤਾਂ, ਆਈ ਥਿੰਕ ਇੱਥੇ ਇਹਨਾਂ ਦੇ ਨਾ ਜਿੱਦਾਂ ਕਿਸੇ ਦੀ ਡੈਥ ਹੋ ਜਾਂਦੀ ਨਾਲ, ਵੈਸੇ ਵੀ ਇਹਨਾਂ ਦੇ ਕਿਸੇ ਨਾ ਗੁਰੂ ਦੀ ਜਗ੍ਹਾ ਹੈ ਅਤੇ ਮੁਸਲਿਮ ਦੇ, ਅਤੇ ਬਹੁਤ ਸੋਹਣੀ ਜਗ੍ਹਾ ਅੰਦਰੋਂ, ਅਤੇ ਚਲੋ ਅਸੀਂ ਜਾ ਨਹੀਂ ਸਕਦੇ ਇੱਥੇ, ਸਿਰਫ ਮੁਸਲਿਮ ਹੀ ਅਲਾਊਡ ਆ, ਅਤੇ ਜਾ ਸਕਦੇ ਲੇਕਿਨ ਮੁਸਲਿਮ ਨਾਲ ਹੋਏ ਫੇਰ ਆ ਨਾ ਕੋਈ ਐਂਟਰੀ ਉਹ ਕਰਵਾ ਸਕਦੇ ਆ। ਜਿੱਦੇ ਘਰ ਆਪਾਂ ਹੁਣ ਚੱਲੇ ਹਾਂ ਨਬੀਲ ਦੇ, ਉਹ ਮੁਸਲਿਮ ਆ ਸਾਡਾ ਯਾਰ ਆ ਪੱਕਾ ਭਰਾਵਾਂ ਤੌਰ 'ਤੇ, ਪੂਰਾ ਪਿਆਰ ਆ ਮਹੱਲਾ, ਦੇਖੋ ਤੁਸੀਂ ਮਹੱਲਾ ਤਾਂ ਬਹੁਤ ਖੂਬਸੂਰਤ ਆ, ਇੱਥੇ ਐਂ ਖਾਬ ਸਾਫ਼ ਸੜਕਾਂ ਪੂਰੀਆਂ ਆਪਣੇ ਕਾਦੀਆਂ 'ਚ ਨਹੀਂ ਇੱਦਾਂ ਦੀਆਂ ਹੈਗੀਆਂ ਸੜਕਾਂ, ਤਾਂ ਨਾ ਮਹੱਲਾ ਆਪਣੇ ਕਾਦੀਆਂ ਦਾ ਇੱਦਾਂ ਦਾ। ਫਿਰ ਕਰਾਉਣਾ ਸੀ ਨਬੀਲ ਨੂੰ ਫੋਨ ਲਾਓ ਯਾਰ, ਨਬੀਲ ਤਾਂ ਤਿਆਰ ਬੈਠਾ ਬੜੇ ਚਿਰ ਦਾ, ਉਹਦੇ ਮੈਨੂੰ ਲੱਗਦਾ ਗਾਲਾ ਹੀ ਕੱਢਦਾ ਹੋਣਾ ਸਾਨੂੰ ਯਾਰ, ਟਾਈਮ ਕਿੰਨਾ ਹੋ ਗਿਆ, ਮੈਂ ਕਹਿੰਦਾ ਮੈਂ ਤੁਸੀਂ ਤੁਰੋਗੇ ਅੱਜ 12 ਵਜੇ ਨਾਲੇ ਹੈ। ਆ ਜਾਓ ਮਹਾਰਾਜ, ਕਿੱਥੇ ਨੇ ਨਬੀਲ, ਕੌਣ ਕਹਿੰਦਾ ਵੀ ਤੂੰ 8 ਵਜੇ ਦਾ ਤਿਆਰ ਹੋਇਆ, ਦੱਸੀ ਜਰਾ। ਮੈਂ ਜਾਈ ਚ ਤਿਆਰ ਹੋਇਆ, ਰਜਾਈ ਚ ਹੋਇਆ ਕਿ ਤੂੰ ਡੰਗਰਾਂ ਦੇ ਅੱਗੇ ਆਇਆ ਯਾਰ, ਕੀ ਕਰਨ ਡਿਆ ਮੈਨੀ 8 ਵਜੇ ਕਹਿੰਦਾ, ਕੱਲ ਉਹ ਗੋਲੂ ਕੱਲ ਕੀ ਕਹਿੰਦਾ 8:30 ਵਜੇ ਕਹਿੰਦਾ ਨਿਕਲਦਾ ਵਾ, ਤੇ ਆਪ ਕਿੰਨੇ ਵਜੇ ਤਿਆਰ ਹੋਇਆ? 10:15 ਵਜੇ ਤਿਆਰ ਹੋ ਗਏ ਭਈਏ, ਹੁਣੀ ਹੋ ਗਏ ਉਹ ਤਿਆਰ ਨੇ। ਓ ਜੀ ਆ ਗਿਆ ਮੁੰਡਾ, ਲਓ ਜੀ ਆ ਗਏ ਜੀ, ਮਹਾਰਾਜ ਛੇਤੀ ਆ ਗਏ ਜੀ, ਥੋੜਾ ਚਿੱਲ ਕਰਾਂਗੇ ਨਾਲ।
टैंकी हो गई हुण फुल ते हुण पूरा अमृतसर अज घूम के पूरा चिल करके आवांगे घर नूं। पछाण जो अमृतसर आओगे गोल्डन गेट का पता लग जाना कि ਜਿਆਦਾ ਟ੍ਰੈਫਿਕ ਆ। ਮੈਂ ਕਹਿੰਦਾ ਕਿ ਜਾਣਾ ਸੀ ਦਰਬਾਰ ਸਾਹਿਬ ਤੇ ਸ਼ਹੀਦਾਂ ਸਾਹਿਬ ਨੂੰ ਪਾਲੀ ਪੈ ਤੇ ਗੱਡੀ ਤਾਂ ਤੇ ਦਰਬਾਰ ਸਾਹਿਬ ਤੇ ਪਾਰਕਿੰਗ ਬਹੁਤ ਜ਼ਿਆਦਾ ਫੁੱਲ ਹੋਈ ਪਈ ਆ ਤੇ ਹੁਣ ਆਪਾਂ ਗੱਡੀ ਮੋੜੀ ਆ ਹੁਣ ਸ਼ਾਮ ਨੂੰ ਦੇਖਾਂਗੇ ਜੇ ਟੈਕੋਰ ਟਾਈਮ ਲੱਗਾ ਜਾਣ ਦੇ। ਆਪਾਂ ਪਹੁੰਚ ਗਿਆ ਹੁਣ ਵਾਪਸ ਮੁੰਡੇ ਕਹਿੰਦੇ ਕੁਛ ਖਾਣਾ ਪੀਣਾ ਭੁੱਖ ਲੱਗ ਗਈ ਆ ਤੇ ਚੱਲਦੇ ਅੰਦਰ ਬਹੁਤ ਵਧੀਆ ਪਲੇਸ ਆ ਇਹ ਬੀ ਬਲੌਕ ਰਣਜੀਤ ਐਵੀਨਿਊ ਪਹੁੰਚੇ ਆ ਤੇ ਹੁਣ ਆਪਾਂ ਲੱਗੇ ਕੁਛ ਖਾਣ ਪੀਣ ਉਹ ਜਾਂਦੀ ਸਾਡੀ ਮੰਡੀਰ ਉਹ ਵੜ ਗਈ ਅੰਦਰ ਵਸ ਕੇ। ਬਹੁਤ ਸਾਡੀ ਜਗ੍ਹਾ ਇੱਥੇ ਕਹਿੰਦੇ ਬਹੁਤ ਵਧੀਆ ਖਾਣਾ ਮਾਏ ਪੀਣਾ। It's been a long day without you my friend and I'll tell you all about it when I see you again. We've come a long way from where we began. ਮੁੰਡੇ ਆਰਡਰ ਦੇਂਦੇ ਆ ਪੂਰਾ ਪੂਰਾ ਨਹੀਂ ਨਵੀਨ ਨੂੰ ਪਤਾ ਨਹੀਂ ਲੱਗਾ ਗੱਲ ਦਾ ਸਹੀ ਹੈ। ਆ ਗਿਆ ਜੀ ਆਰਡਰ ਆਪਣਾ ਕਰਦੇ ਆ ਇਹਨੂੰ ਚੈੱਕ ਆਊਟ ਲਿਸਟ ਨੂੰ ਵੈਸੇ ਨਾ ਮੈਂ ਟੈਸਟ ਕਰ ਲਿਆ ਆ ਪਹਿਲਾਂ ਤਾਂ ਟੈਸਟ ਤਾਂ ਬਹੁਤ ਸਵਾਦ ਆਏ। ਆਪਾਂ ਪਹੁੰਚ ਗਏ ਨੋਵਲਟੀ ਮਾਲ ਇਨ ਅੰਮ੍ਰਿਤਸਰ ਤੇ ਆਪਾਂ ਹੁਣ ਖੇਡਣ ਲੱਗੇ ਹਾਂ ਬੋਲਿੰਗ ਕਰਨ ਲੱਗੇ ਹਾਂ ਗੇਮ ਦੀ। ਬਹੁਤ ਹੀ ਸੋਹਣਾ ਵਿਊ ਇੱਥੇ ਤੇ ਇਹ ਤਾਂ ਯਾਰ ਮੈਨੂੰ ਐਂ ਲੱਗਦਾ ਕਿ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਅਲਫਾ ਵਨ ਮਾਲ ਦੇ ਨਾਲੋਂ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਇਹ ਤੇ। ਯਾਰ ਮੈਨੂੰ ਖੇਡਣਾ ਤੇ ਆਉਂਦਾ ਨਹੀਂ ਆ ਪਤਾ ਨਹੀਂ ਕਿੱਦਾਂ ਖੇਡਣਾ ਤੇ ਬਾਕੀ ਗੇਮਸ ਨੇ ਆਪਾਂ ਖੇਡਾਂਗੇ ਬਹੁਤ ਜ਼ਿਆਦਾ ਵਧੀਆ ਵਧੀਆ ਅੱਜ ਦੇਖਦੇ ਹਾਂ ਕੌਣ ਜਿੱਤਦਾ ਨਾ ਕਾਰਡ ਸਾਡਾ ਗਿਆ ਬਣ ਉਹ ਹੁਣ ਆਪਾਂ ਚੱਲੀਏ ਬਾਈ ਬੋਲਿੰਗ ਕਿੱਧਰ ਬੋਲਿੰਗ ਓਕੇ ਕਿੰਗ ਫਿਸ਼ਰ ਵੀ ਹੈਗੀ ਜੇ
ਲਈ सुख रहन दे नहीं बजनी सुख नहीं बजनी ए ए ए ए वेखी 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 ओ वेरी गुड कनेडा वाले का शॉट ओहो ओ फाउल ओ जित गए इंडिया वाले जित गए इंडिया वाले जितन गए चलो जी इंडिया वाले जितन गए हमने विन यस तू नी चला अगली गेम थोड़ा टेस्ट है पंजाबियों का थोड़ा चल अगली गेम ओहो बाइक राइडर आड़ा सब तो वड्डा कादियां दा क्या बात है बहुत बढ़िया राइडिंग करता पिया मुंडा ओए बार बार भेज के मरी जाने नू अपना स्नैक्स या आइसक्रीम नोवल्टी तो बाहर आ गए हैं हुण अमृतसर आवाज चक दे कनेडा वाले वीर वास्ते चांपा खाने कि टेस्ट है हां हां छोटी छोटी होनी रोटी कहा पनीर खा
ਆਪਾਂ ਰੋਟੀ ਲੈ ਲੈ ਨਾਲ ਤਿੰਨ ਵਾਲੀ ਇਹਦੀ ਕਰ ਲੈਨੇ ਆ ਠੀਕ ਆ ਯਾਰ ਬਟਾਲਾ ਵੱਲ ਨੂੰ ਜਾਈਦਾ ਪਠਾਨਕੋਟ ਰੋਡ ਵੱਲ ਨੂੰ ਤੇ ਇਹ ਢਾਬਾ ਰਾਹ ਚ ਆਉਂਦਾ ਤੇ ਬਹੁਤ ਹੀ ਜਿਆਦਾ ਮਸ਼ਹੂਰ ਢਾਬਾ ਇੱਥੇ ਜਿੰਨੇ ਟੂਰਿਸਟ ਆ ਜਿੰਨੇ ਹੈਗੇ ਸਾਰੇ ਕੁਛ ਸਾਰੇ ਇੱਥੇ ਰੁਕਦੇ ਤੇ ਰੋਟੀ ਇਹਨਾਂ ਦੀ ਬਹੁਤ ਸਵਾਦ ਆ ਤੇ ਤੁਹਾਨੂੰ ਉਹ ਢਾਬੇ ਦੀ ਲੋਕੇਸ਼ਨ ਆਪਾਂ ਦੱਸ ਦਿੰਦੇ ਇੱਕ ਵਾਰੀ ਤੇ ਇੱਥੇ ਵਿਜ਼ਿਟ ਜ਼ਰੂਰ ਕਰਿਓ ਬਹੁਤ ਜ਼ਿਆਦਾ ਸਵਾਦ ਹੈ ਆਪਣਾ ਫੇਵਰੇਟ ਢਾਬਾ ਦੇ ਢਾਬੇ ਦੀ ਚਾਹ ਔਸਮ ਬਹੁਤ ਜ਼ਿਆਦਾ ਘੈਂਟ ਚਾਹ ਪੈਂਦਾ ਵੀ ਤੇ ਚਾਹ ਪੀ ਕੇ ਤੇ ਮੈਂ ਕਹਿੰਦਾ ਜਿਹੜਾ ਡਰਾਈਵਰ ਵਾਲੀ ਚਾਹ ਹੁੰਦੀ ਉਹਨਾਂ ਦੀ ਤੇਰੀ ਆ ਤੇ ਅੱਖਾਂ ਖੁੱਲ ਜਾਂਦੀਆਂ ਚਾਹ ਪੀ ਕੇ ਤੇ ਆਹ ਢਾਬਾ ਆਹ ਦੇਖ ਐਸਕੇ ਢਾਬਾ ਇਹ ਪੈਂਦਾ ਪਠਾਨਕੋਟ ਤੋਂ ਜਦੋਂ ਪਠਾਨਕੋਟ ਵੱਲ ਨੂੰ ਜਾਈਦਾ ਅੰਮ੍ਰਿਤਸਰੋਂ ਤਾਂ ਬਟਾਲੇ ਦੇ ਗਲੋਬਲ ਇੰਸਟੀਟਿਊਟ ਤੋਂ ਅੱਗੇ ਜਾ ਕੇ ਆਉਂਦਾ ਇਹ ਢਾਬਾ ਰਾਹ ਵਿੱਚ ਆਉਂਦੇ ਨੇ ਸਾਰੇ ਸਬਵੇ ਵਗੈਰਾ ਉਹਨਾਂ ਤੋਂ ਅੱਗੇ ਆ ਕੇ ਢਾਬਾ ਸਾਰਾ ਆਏਗਾ ਅਤੇ ਬਹੁਤ ਵਧੀਆ ਢਾਬਾ ਹੈ ਇਸ ਢਾਬੇ ਦੇ ਵਿੱਚ ਇੰਨਾ ਜ਼ਿਆਦਾ ਕਰਾਊਡ ਹੁੰਦਾ ਮੈਂ ਕਹਿੰਦਾ ਗੱਲ ਹੀ ਛੱਡ ਦਿਉ ਇੱਥੇ ਤਾਂ ਗੱਡੀਆਂ ਲੱਗੀਆਂ ਰਹਿੰਦੀਆਂ ਡੇ 'ਚ ਵੀ ਤਾਂ ਹੁੰਦਾ ਤੁਸੀਂ ਇਸ ਟਾਈਮ ਕਰਾਊਡ ਦੇਖਿਆ ਤੁਹਾਨੂੂੰ ਅੰਦਰ ਜਾ ਕੇ ਆਪਾਂ ਕਰਾਊਡ ਵਗੈਰਾ ਦਿਖਾਉਂਦੇ ਬਹੁਤ ਜ਼ਿਆਦਾ ਕਰਾਊਡ ਅੰਦਰ ਸਾਨੂੰ ਤਾਂ ਬੈਠਣ ਦੀ ਜਗ੍ਹਾ ਨਹੀਂ ਮਿਲਦੀ ਮੈਨੂੰ ਲੱਗਦਾ ਜਿੱਥੇ ਤੱਕ ਆਪਾਂ ਗੱਲ ਕਰਦੇ ਹਾਂ ਤਾਂ ਚਲੋ ਆਪਾਂ ਚੱਲਦੇ ਅੰਦਰ ਹੁਣ ਢਾਬੇ ਦੇ ਬਹੁਤ ਜ਼ਿਆਦਾ ਕਰਾਊਡ ਹੈ ਇਸ ਢਾਬੇ 'ਤੇ ਤਾਂ ਯਾ ਬਹੁਤ ਜ਼ਿਆਦਾ ਕਰਾਊਡ ਆ ਜੀ ਪਰ ਇੱਥੇ ਤਾਂ ਰੋਟੀ ਬਹੁਤ ਸਵਾਦ ਆ ਜਦੋਂ ਖਾਵਾਂਗੇ ਤਾਂ ਉਦੋਂ ਦੇਖੇ ਬਹੁਤ ਜ਼ਿਆਦਾ ਸਵਾਦ ਰੋਟੀ ਬਣਾਉਂਦੇ ਨੇ ਹਾਂਜੀ ਜੀ ਫਾਈਨਲੀ ਆਪਾਂ ਘਰ ਪਹੁੰਚ ਗਏ ਹਾਂ ਅਤੇ ਆਪਾਂ ਅੱਜ ਬਹੁਤ ਜ਼ਿਆਦਾ ਇੰਜੋਏ ਕੀਤਾ ਜਾਣਾ ਸੀ ਦਰਬਾਰ ਸਾਹਿਬ ਅਤੇ ਸ਼ਹੀਦਾਂ ਸਾਹਿਬ ਲੇਕਿਨ ਜਾ ਹੀ ਨਹੀਂ ਗਿਆ ਰਸ਼ ਬਹੁਤ ਜ਼ਿਆਦਾ ਸੀ ਯਾਰ ਸੱਚ ਅੱਡੇ ਕਰਕੇ ਕਿਉਂਕਿ ਅੰਮ੍ਰਿਤਸਰ ਜਿਹੜੇ ਵੀ ਰਹਿੰਦੇ ਸਾਰਿਆਂ ਨੂੰ ਪਤਾ ਕਿ ਰਸ਼ ਬਹੁਤ ਜ਼ਿਆਦਾ ਹੁੰਦਾ ਉੱਦਾਂ ਤਾਂ ਪਾਰਕਿੰਗ ਵਿੱਚ ਵੀ ਸਪੇਸ ਨਹੀਂ ਮਿਲਦੀ ਅਤੇ ਆਪਾਂ ਫਿਰ ਆਪਾਂ ਚਲੇ ਗਏ ਨੋਵਲਟੀ ਮੋਲ ਅਤੇ ਉੱਥੇ ਜਾ ਕੇ ਆਪਾਂ ਗੇਮਸ ਵਗੈਰਾ ਖੇਲੀਆਂ ਫਰੈਂਡਸ ਦੇ ਨਾਲ ਬਹੁਤ ਜ਼ਿਆਦਾ ਮਜ਼ਾ ਆਇਆ ਅਤੇ ਬੋਲਿੰਗ ਵਗੈਰਾ ਕੀਤੀ 8 ਬਾਲ ਪੂਲ ਵਗੈਰਾ ਹੋਰ ਬਾਕੀ ਰਾਈਡਿੰਗ ਵਗੈਰਾ ਕੀਤੀਆਂ ਜੋ ਵੀ ਉੱਥੇ ਗੇਮਸ ਵਗੈਰਾ ਦੇ ਹੁੰਦੀਆਂ ਅਤੇ ਹੋਰ ਜੋ ਵੀ ਮੁੱਕੇ ਮੱਕੇ ਦੇ ਜਿਹੜੇ ਮਾਰਦੇ ਆ ਅਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਅਤੇ ਆਈ ਹੋਪ ਸੋ ਕਿ ਤੁਸੀਂ ਪੂਰਾ ਵਲੋਗ ਮੇਰਾ ਇੰਜੋਏ ਕੀਤਾ ਹੋਏਗਾ ਅਤੇ ਵਲੋਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਹੋਏ ਤਾਂ ਆਪਣਾ ਕਮੈਂਟ ਬੋਕਸ ਵਿੱਚ ਆਪਣਾ ਕਮੈਂਟ ਡ੍ਰੌਪ ਜ਼ਰੂਰ ਕਰਿਓ ਮੇਰੇ ਬੋਕਸ ਵਿੱਚ ਸੋ ਚੰਗਾ ਜੀ ਬਾਏ ਬਾਏ ਟਾਟਾ ਚੱਲਦੇ ਹੁਣ ਘਰ ਨੂੰ ਆਪਾਂ ਵੀ ਓਕੇ ਜੀ ਟੇਕ ਕੇਅਰ